ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਤੇ ਕਬਜ਼ਾ ਤੇ ਪੰਜਾਬੀਆਂ ਦਾ ਹਾਲ ਪ੍ਰਵਾਸੀ ਮਜ਼ਦੂਰਾਂ ਵਰਗਾ। ਜੀ ਹਾਂ, ਪੰਜਾਬ ਵਿੱਚ ਭਈਏ ਕਰਾ ਰਹੇ ਨੇ ਅੱਤ ਤੇ ਪੰਜਾਬੀ ਸਾਡੇ ਖਾ ਰਹੇ ਨੇ ਧੱਕੇ ਵਿਦੇਸ਼ਾਂ ਵਿੱਚ। ਆਓ ਦੋਸਤੋ, ਪਹਿਲਾਂ ਆਪ ਨੌਜਵਾਨ ਦੀ ਗੱਲ ਸੁਣੋ ਤੇ ਫਿਰ ਦੱਸਿਓ ਤੁਹਾਡੇ ਵਿਚਾਰ ਕੀ ਹਨ, ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜਿਸ ਦੇ ਵਿੱਚ ਕੈਨੇਡਾ 'ਚ ਸਾਡੇ ਮਾਂ ਪਿਓ ਵਰਗੇ ਬਜ਼ੁਰਗਾਂ ਦੇ ਕੀ ਹਾਲ ਨੇ ਤੇ ਉਹ ਕਿਵੇਂ ਦਾ ਕੰਮ ਕਰਦੇ ਨੇ। ਆਪਣੇ ਵਿਚਾਰ ਤੁਸੀਂ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਣਾ। ਤੁਸੀਂ ਇੱਧਰ ਆਓ, ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ। ਤੁਸੀਂ ਇੱਧਰ ਆਓ ਮੇਰੇ ਕੋਲ। ਕੁਲਚੇ ਕੌਣ ਵੇਚ ਰਿਹਾ? ਪ੍ਰਵਾਸੀ। ਭੂਰੇ ਛੋਲੇ ਕੌਣ ਵੇਚ ਰਿਹਾ? ਪ੍ਰਵਾਸੀ। ਆਹ ਮੂੰਗਫਲੀ ਕੌਣ ਵੇਚ ਰਿਹਾ? ਪ੍ਰਵਾਸੀ। ਉਹ ਸਾਹਮਣੇ ਪੇਂਟਰ ਕੌਣ ਲੱਗਿਆ ਹੋਇਆ? ਪ੍ਰਵਾਸੀ। ਅਗਰ ਆਹ ਆਟੋ ਕੌਣ ਚਲਾ ਰਿਹਾ? ਉਹ ਪ੍ਰਵਾਸੀ। ਉਹ ਮੂੰਗਫਲੀ ਕੌਣ ਵੇਚ ਰਿਹਾ? ਉਹ ਪ੍ਰਵਾਸੀ। ਉਹ ਚਾਹ ਦੀ ਦੁਕਾਨ ਕਿਹਨੇ ਲਾਈ ਹੈ? ਪ੍ਰਵਾਸੀ। ਇੱਧਰ ਗੁਟਕੇ ਤੋਂ ਆਓ, ਇੱਧਰ ਆਓ। ਗੁਟਕੇ ਦੀ ਦੁਕਾਨ ਕਿਹਨੇ ਖੋਲੀ ਹੈ? ਪ੍ਰਵਾਸੀ। ਉਹ ਇੱਕ ਸਰਦਾਰ ਜੀ ਦੀ ਦੁਕਾਨ ਆ, ਵਿਹਲੇ ਬੈਠੇ ਨੇ ਉਹ, ਦੇਖੋ ਕੰਮ ਹੀ ਨਹੀਂ ਹੈਗਾ। ਪ੍ਰਵਾਸੀ ਕੋਈ ਸਾਰਾ ਕੰਮ। ਉਹ ਭਾਅ ਜੀ ਇੱਥੇ ਜਾਣ ਕਿੱਥੋਂ, ਇਹ ਦੱਸੋ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਨਾ ਕਿ ਜਾਣ ਕਿੱਥੇ ਪੰਜਾਬੀ? ਸਾਰਾ ਕੰਮ ਤਾਂ ਇਹ ਲੈ ਕੇ ਬੈਠੇ ਨੇ। ਅਗਰ ਸਾਡਾ ਬੰਦਾ 15-20 ਹਜ਼ਾਰ ਰੁਪਏ ਦੇ ਵਿੱਚ ਨੌਕਰੀ ਕਰਦਾ, ਇਹ 7-8 ਹਜ਼ਾਰ 'ਤੇ ਨੌਕਰੀ ਕਰਦੇ ਨੇ ਪੰਜਾਬ ਦੇ ਵਿੱਚ। ਕਹਿੰਦੇ ਗਰੀਬ ਲੋਕਾਂ ਅਸੀਂ ਘੱਟ 'ਚ ਰੋਜ਼ਗਾਰ ਕਰਨਾ, ਇਸ ਤੱਕ ਸੈਟਿੰਗ ਕਰਨੀ ਉਹ ਕਰਨੀ ਹੈ। ਸਾਡਾ ਪੰਜਾਬ ਤਾਂ ਖਤਮ ਹੋ ਰਿਹਾ ਨਾ ਹੁਣ। ਇਹ ਸਾਨੂੰ ਪਿੱਛੇ ਜੇ ਮੈਨੂੰ ਇਹ ਟਿੱਪਣੀ ਕਰ ਰਿਹਾ ਇੰਟਰਵਿਊ ਦੇ ਵਿੱਚ ਕਿ ਤੁਹਾਡੇ ਬੰਦੇ ਤਾਂ ਕੈਨੇਡਾ ਅਮਰੀਕਾ ਜਾ ਰਹੇ, ਉਹ ਭਾਅ ਜੀ ਘਰਾਂ ਦੇ ਵਿੱਚ ਲੋਨ ਲੈ ਕੇ 20-20 ਲੱਖ ਰੁਪਏ ਲਾ ਕੇ ਜਾ ਰਹੇ, ਇਹ ਤਾਂ ਟ੍ਰੇਨ ਫੜ ਕੇ ਆ ਜਾਂਦੇ ਫ੍ਰੀ 'ਚ, ਇਹਨਾਂ ਦਾ 1 ਰੁਪਇਆ ਵੀ ਨਹੀਂ ਲੱਗਦਾ। ਜਦੋਂ ਦੇਖਿਆ ਕਿ ਮੈਂ ਉੱਥੋਂ ਕੋਈ ਕ੍ਰਾਈਮ ਕੀਤਾ ਇੱਥੇ ਆ ਗਏ, ਇੱਥੋਂ ਕ੍ਰਾਈਮ ਕੀਤਾ ਉੱਧਰ ਚਲੇ ਗਏ। ਆਹ ਵੇਖ ਲਓ ਕੈਨੇਡਾ ਦੇ ਹਾਲਾਤ। ਤੁਸੀਂ ਕਹਿੰਦੇ ਹੋ ਵੀ ਕੈਨੇਡਾ ਜਾਣਾ, ਕੈਨੇਡਾ ਜਾਣਾ, ਇੱਥੇ ਆਪਣੇ ਵੇਖੋ ਬਜ਼ੁਰਗ ਦੇਦੇ ਬਾਪੂ ਸਾਰੇ ਹੱਡ ਤੋੜ ਮਿਹਨਤ ਕਰ ਰਹੇ ਅਤੇ ਦਿਹਾੜੀ ਲੰਘ ਗੋਰਿਆਂ ਦੇ ਖੇਤਾਂ ਵਿੱਚ ਕੰਮ ਕਰ ਰਹੇ ਨੇ, ਆਪਣੀ ਸਰਦਾਰੀ ਛੱਡ ਕੇ। ਸਾਨੂੰ ਜਿਹੜੀਆਂ ਵੀਡੀਓ ਵਿਖਾਈਆਂ ਜਾਂਦੀਆਂ ਨੇ ਉਹ ਬਿਲਡਿੰਗਾਂ, ਹੋਟਲਾਂ ਅਤੇ ਅਰੀਸ਼ਾਨ ਗੱਡੀਆਂ ਕਾਰਾਂ ਦੀਆਂ ਵਿਖਾਈਆਂ ਜਾਂਦੀਆਂ ਨੇ, ਪਰ ਅਸਲੀਅਤ ਵੀਡੀਓ ਆਹ ਵਿਖਾਉਣੀਆਂ ਚਾਹੀਦੀਆਂ ਨੇ ਜਿਸ ਵਿੱਚ ਕੰਮ ਕਰਦੇ ਖੇਤਾਂ ਦੇ ਵਿੱਚ, ਬਾਗਾਂ ਦੇ ਵਿੱਚ ਸਾਡੇ ਬਜ਼ੁਰਗ ਦਿਹਾੜੀਆਂ ਕਰਦੇ ਨਜ਼ਰ ਆਉਂਦੇ ਨੇ।